ਸਿਹਤ ਤੇ ਸਿੱਖਿਆ ਸਹੂਲਤਾਂ ਦੀ ਨੁਹਾਰ ਬਦਲਣ ਦੀ ਤਿਆਰੀ ਚ ਪੰਜਾਬ ਸਰਕਾਰ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਦਿੱਲੀ ਦੇ ਸਕੂਲਾਂ ਤੇ ਸਿਹਤ ਸੰਸਥਾਵਾਂ ਦਾ ਦੌਰਾ। ਪੰਜਾਬ ਕਾਂਗਰਸ ਵਖਰੇਵੇਂ ਜਾਰੀ। ਰਾਜਪੁਰਾ ਥਰਮਲ ਪਲਾਂਟ ਦੇ ਬਾਹਰ ਨਵਜੋਤ ਸਿੰਘ ਸਿੱਧੂ ਦੇ ਧਰਨੇ ਤੇ ਬੋਲੇ ਰਾਜਾ ਵੜਿੰਗ, ਕਿਹਾ ਪਾਰਟੀ ਦਾ ਨਹੀਂ ਸਿੱਧੂ ਦਾ ਆਪਣਾ ਸੀ ਪ੍ਰਦਰਸ਼ਨ। ਡੀਏਪੀ ਦੇ ਵਧੇ ਰੇਟਾਂ ਨੇ ਘਾਟੇ ਦੀ ਮਾਰ ਚੱਲ ਰਹੇ ਕਿਸਾਨਾਂ ਤੇ ਵਧਾਇਆ ਬੋਝ। 1200 ਦੀ ਥਾਂ ਹੁਣ 1350 ਰੁਪਏ ਦਾ ਮਿਲੇਗਾ 50 ਕਿਲੋ ਦਾ ਡੀਏਪੀ ਦਾ ਕੱਟਾ। ਪੰਜਾਬ ਚ ਮੁੜ ਬਦਲਣ ਲੱਗੀ ਕੋਰੋਨਾ ਦੀ ਰਫ਼ਤਾਰ। ਐਕਟਿਵ ਕੇਸਾਂ ਦੀ ਗਿਣਤੀ 100 ਦੇ ਪਾਰ। ਸਰਕਾਰ ਨੇ ਵਧਾਈ ਟੈਸਟਿੰਗ। ਕੋਰੋਨਾ ਖਤਰੇ ਦੇ ਮੱਦੇਨਜ਼ਰ ਚੰਡੀਗੜ੍ਹ ਚ ਮਾਸਕ ਪਾਉਣਾ ਜ਼ਰੂਰੀ। ਮਾਸਕ ਨਾ ਪਾਉਣ ਤੇ ਲੱਗੇਗਾ 500 ਦਾ ਜੁਰਮਾਨਾ। ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ, ਪੰਜਾਬੀ ਸਾਡੀਆਂ ਬਾਵਾਂ, ABP ਸਾਂਝਾ। ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ। ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।